ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇਹ ਜਿਹੜੇ ਮੋਦੀ ਸਰਕਾਰ ਨੇ ਹੁਣ ਹਰੇਕ ਲਿਮਿਟ ਕਰੋਸ ਕਰਤੀ ਆ, ਇੰਨਾ ਜ਼ੁਲਮ ਕਰਦੇ ਆ। ਉੱਥੇ ਕਸ਼ਮੀਰ ਸਾਰਾ ਲੋਕਡਾਊਨ ਕੀਤਾ ਹੋਇਆ ਇਹਨਾਂ ਨੇ, ਆਪਣੇ ਉੱਥੇ ਮੁਸਲਮਾਨਾਂ 'ਤੇ ਇੰਨਾ ਜ਼ੁਲਮ ਕਰਦੇ ਆ ਅਤੇ ਇਨਪ੍ਰਿਜ਼ਨ ਕੀਤਾ ਹੋਇਆ ਉਹਨਾਂ ਨੂੰ, ਆਪਣੇ ਘਰਾਂ 'ਚ ਇਨਪ੍ਰਿਜ਼ਨ ਕੀਤਾ ਹੋਇਆ ਆ। ਅਤੇ ਇਹ ਜਿਹੜੀ ਫੈਸ਼ਿਸਟ ਗਵਰਨਮੈਂਟ ਹੈਗੀ ਆ, ਅਤੇ ਇਹਨਾਂ ਨੇ ਜਿਹੜੇ 38,000 ਉੱਥੇ 8 ਲੱਖ ਫੌਜੀ ਆ ਖਾਲਸਾ ਜੀ, ਇਹ ਜਿਹੜੇ 38,000 ਇਹਨਾਂ ਨੇ ਭੇਜਿਆ ਹੋਇਆ ਆ, ਇਹ ਹੈਗੇ ਆ ਦੂਜੇ RSS ਦੇ ਆ ਇਹ, ਹਾਂਜੀ। ਅਤੇ ਇਹ ਇਹਨਾਂ ਦੇ ਆ ਨਾਟਸੀ ਟਰੂਪਰਸ, ਹਾਂਜੀ। ਇਹ ਉੱਥੇ ਜਾ ਕੇ ਹੋਰ ਜ਼ੁਲਮ ਕਰਨਗੇ, ਪਰ ਇਹਨਾਂ ਦਾ ਐਂਡ ਆ ਰਿਹਾ। ਹੁਣ ਇਹ ਜਿਹੜੀ ਮੋਦੀ ਸਰਕਾਰ ਆ ਨਾ, ਇਹਨਾਂ ਨੇ ਹੁਣ ਅੱਗ ਜਿਹੜੀ ਲਗਾਈ ਆ ਨਾ, ਇਹ ਇਹਨਾਂ ਤੋਂ ਬਚਾ ਨਹੀਂ ਹੋਣੀ। ਇਹਨਾਂ ਨੇ ਨਾ ਸੱਦਾ ਦਿੱਤਾ ਆ ਮੁਜਾਹਦੀਨ, ਕੋਣੇ ਕੋਣੇ 'ਚ ਜਿਹੜੇ ਬੈਠੇ ਆ ਮੁਜਾਹਦੀਨ, ਉਹਨਾਂ ਨੂੰ ਸੱਦਾ ਦਿੱਤਾ, ਇਹਨਾਂ ਦੇ ਇਸਲਾਮ 'ਤੇ ਅਟੈਕ ਕੀਤਾ ਆ, ਇਹਨਾਂ ਦੇ ਧਰਮ 'ਤੇ ਅਟੈਕ ਕੀਤਾ ਆ, ਹਾਂਜੀ, ਇਹਨਾਂ ਨੇ ਸਿੱਖੀ 'ਤੇ ਅਟੈਕ ਕੀਤਾ ਆ। ਇਹੋ ਜੀ ਅਲੀਜੈਂਸ ਅਸੀਂ ਫੋਰਮ ਕਰਨੀ ਆ, ਇਹਨਾਂ ਦੇ ਤਖ਼ਤ ਹਿਲਾ ਦੇਣੇ ਹੁਣ। ਇਹਨਾਂ ਦਾ ਅਖੀਰ ਆ ਰਿਹਾ। ਇਹਨਾਂ ਦੇ ਖਾਲਸੇ ਦੀ ਜਿਹੜੀ ਇਹਨਾਂ ਦੀ ਨਾ ਸਿਕਿਉਰਿਟੀ ਫੋਰਸਿਸ ਵੀ ਆ, ਉਹ ਦੂਜੇ ਜਿਹੜੇ ਪ੍ਰੋਫੈਸ਼ਨਲ ਆ, ਜਿਹੜੇ ਦੇਸ਼ ਦੀ ਰਾਖੀ ਕਰ ਰਿਹਾ, ਉਹ ਵੀ ਸੋਚਦੇ ਆ ਵੀ ਇਹ ਕਿੱਧਰ ਨੂੰ ਜਾ ਰਹੇ ਆ ਇਹ, ਆ ਜਿਹੜੇ BJP RSS ਇਹ ਕਿਹੜੇ ਰਸਤੇ ਜਾ ਰਹੇ ਆ, ਹਾਂਜੀ। ਉਹਨਾਂ ਨੂੰ ਹੀ ਫਿਰ ਸਾਰਾ ਸਾਂਭਣਾ ਪੈਣਾ ਜਿਹੜੀ ਅੱਗ ਹੁਣ ਮੱਚਣੀ ਆ। ਅਤੇ ਖਾਲਸਾ ਜੀ, ਇਹਨਾਂ ਦਾ ਤਾਂ ਅਖੀਰ ਹੁਣ ਆ ਰਿਹਾ ਆ। ਅਤੇ ਹੋਰ ਮੈਂ ਆਪਣੇ ਖਾਲਸਾ ਜੀ, ਆਪਾਂ ਇੱਕ ਮੁੱਠ ਹੋਈਏ, ਇੱਕ ਬੇਨਤੀ ਹੈਗੀ ਆ ਖਾਲਸਾ ਜੀ, ਇੱਕ ਦਾਸ ਬੇਨਤੀ ਕਰਦਾ ਆਪਣੇ ਅਮਰੀਕਾ 'ਚ ਆਪਣੇ ਲਿਬਰੇਸ਼ਨ ਫੋਰਸ ਦੇ ਪੁਰਾਣੇ ਸਿੰਘ, ਆਪਣੇ ਭਾਈ ਹਰਜਿੰਦਰ ਸਿੰਘ ਰਾਡੂ ਆ, ਅਤੇ ਉੱਥੇ ਭਾਈ ਕਿੰਦਰਵੀਰ ਸਿੰਘ ਜੀ, ਜਿਹੜੇ ਸੀਨੀਅਰ ਖਾਲਿਸਤਾਨ ਦੇ ਲਿਬਰੇਸ਼ਨ ਫੋਰਸ ਦੇ ਹੈਗੇ ਆ। ਅਤੇ ਖਾਲਸਾ ਜੀ, ਇੱਕ ਮੁੱਠ ਹੋਵੋ, ਇਹਨਾਂ ਨਾਲ ਜੁੜੋ, ਅਤੇ ਇਹ ਆਪਾਂ ਜ਼ਾਲਮਾਂ ਦਾ ਦੀ ਟੱਕਰ ਕਰਨੀ ਆ। ਹੋਰ ਖਾਲਸਾ ਜੀ, ਮੈਂ ਬੇਨਤੀ ਕਰਦਾ, ਘਰ ਦਾ ਮੋਹ ਛੱਡੋ, ਸੰਸਾਰ ਦਾ ਮੋਹ ਛੱਡੋ। ਇਹ ਜਿਹੜਾ ਪੰਜਾਬ ਦੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਵੀ ਆ, ਦਿੱਲੀ ਦੀ ਧਰਤੀ ਬੱਚੇ ਬੱਚਿਆਂ ਦੇ ਖੂਨ ਨਾਲ ਭਿੱਜੀ ਵੀ ਆ, ਇਹ ਧਰਤੀ ਨੂੰ ਅਸੀਂ ਖਾਲਿਸਤਾਨ ਬਣਾਉਣਾ। ਇਹਨਾਂ ਨੇ ਜਿਹੜਾ ਵਾਰ ਕੀਤਾ ਸਿੱਖੀ 'ਤੇ, ਇਹਨਾਂ ਦਾ ਆਪ ਹੀ ਖਤਮਾ ਹੋਣਾ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਅਤੇ ਹੋਰ, ਅਸੀਂ ਆਪਣੇ ਮੁਸਲਮਾਨ ਭਰਾਵਾਂ ਨਾਲ ਕਸ਼ਮੀਰ 'ਚ, ਪਾਕਿਸਤਾਨ 'ਚ, ਅਸੀਂ ਤੁਹਾਡੇ ਨਾਲ ਮੋਢਾ 'ਤੇ ਮੋਢਾ ਲਾ ਕੇ ਖੜ੍ਹੇ ਹਾਂ। 1988 'ਚ ਉਦੋਂ ਵੀ ਕਸ਼ਮੀਰ ਦਾ ਜਦੋਂ ਸ਼ੁਰੂਆਤ ਹੋਈ ਸੀ ਇੰਸਰਜੈਂਸੀ, ਸਾਡੇ ਨਾਲ ਉਦੋਂ ਵੀ ਕਸ਼ਮੀਰੀ ਮੁਜਾਹਦੀਨ ਟ੍ਰੇਨ ਕਰਦੇ ਸੀਗੇ, ਅਤੇ ਹੁਣ ਵੀ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਇਹਨਾਂ ਦਾ ਆਪਣੇ ਨਾ ਖਤਮਾ ਕਰਨਾ ਆ, ਇਹ ਹਿੰਦ ਸਰਕਾਰ ਦਾ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।